ਸੁਖਪਾਲ ਸਿੰਘ ਖਹਿਰਾ ਜੀ ਨੂੰ ਇਹ ਹੈ ਕਿ ਜਨਤਕ ਕਰੋ, ਲੋਕਾਂ ਨੂੰ ਦੱਸੋ ਕਿ ਤੁਹਾਡਾ ਕੀ ਗਿਵ ਐਂਡ ਟੇਕ ਹੋਇਆ, ਸੌਦਾ ਕਿੰਨੇ 'ਤੇ ਨਿਬੜਿਆ। ਆਹ ਅਸਤੀਫਾ ਹੈ ਆ ਖਹਿਰਾ ਸਾਹਿਬ ਦਾ, ਮੈਨੂੰ ਲੱਗਦਾ ਕਿਤਾਬ ਛਾਪਣੀ ਸੀ ਕਿ ਪਤਾ ਨਹੀਂ ਅਸਤੀਫਾ ਦੇਣਾ ਸੀ। ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸੁਖਪਾਲ ਖਹਿਰਾ ਦੇ ਰਲੇ ਹੋਣ ਦੀ ਗੱਲ ਆਖੀ ਗਈ ਹੈ। ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਅਸਤੀਫਾ ਦੇਣਾ ਵੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਚਾਲ ਹੀ ਦੱਸਿਆ ਗਿਆ। ਉਹ ਗੱਲ ਹੁਣ ਸੱਚ ਸਾਬਿਤ ਹੁੰਦੀ ਜਾ ਰਹੀ ਹੈ ਡੇ ਬਾਏ ਡੇ, ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਜਿਹੜੇ ਇਹ ਆਪ ਦੇ ਅਤੇ ਆਪ ਕਾਂਗਰਸ ਦੀ ਅਤੇ ਕਾਂਗਰਸ ਦੀ 20 ਟੀਮ ਦੇ ਚਿਹਰੇ ਬੇਨਕਾਬ ਹੁੰਦੇ ਜਾ ਰਹੇ ਆ। ਨਾਜਰ ਸਿੰਘ ਮਾਨਸਾਹੀਆ ਸਾਹਿਬ ਆਮ ਆਦਮੀ ਪਾਰਟੀ ਤੋਂ MLA ਚੁਣੇ ਗਏ, MLA ਚੁਣਨ ਤੋਂ ਬਾਅਦ ਉਹ ਆਪ ਦੀ ਐਕਟੀਵਿਟੀ ਛੱਡ ਕੇ ਜਦੋਂ ਸੁਖਪਾਲ ਸਿੰਘ ਖਹਿਰਾ ਨੇ ਆਪਦੀ ਨਵੀਂ ਪਾਰਟੀ ਬਣਾਈ ਉਹਦੇ ਵਿੱਚ ਸ਼ਮੂਲੀਅਤ ਕੀਤੀ, ਔਰ ਸ਼ਮੂਲੀਅਤ ਕਰਨ ਦੇ ਬਾਵਜੂਦ ਵੀ ਉਹ ਜਿਹੜੇ 5-6 MLA ਸੀ ਉਹਨਾਂ 'ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਔਰ ਅਸੀਂ ਉਦੋਂ ਵੀ ਕਿਹਾ ਕਿ ਇਹ ਜਿਹੜਾ ਰੈਪ੍ਰਜੈਂਟੇਸ਼ਨ ਆਫ ਪੀਪਲਸ ਐਕਟ ਹੈ 1951, ਇਹਦੀ ਘੋਰ ਉਲੰਘਣਾ ਹੈ ਕਿ ਜਿਹੜਾ ਬੰਦਾ ਜਿਸ ਪਾਰਟੀ ਤੋਂ MLA ਬਣਦਾ ਉਸ ਪਾਰਟੀ ਨੂੰ ਛੱਡ ਕੇ ਜੇ ਕਿਸੇ ਹੋਰ ਪਾਰਟੀ ਦੀ ਗਤੀਵਿਧੀਆਂ 'ਚ ਸ਼ਮੂਲੀਅਤ ਕਰਦਾ ਜਾਂ ਹਿੱਸਾ ਲੈਂਦਾ ਹੈ ਤਾਂ ਉਹਦੀ ਡਿਸਕੁਆਲੀਫਿਕੇਸ਼ਨ ਹੋਣੀ ਚਾਹੀਦੀ। ਮਗਰ ਚਲੋ ਉਦੋਂ ਕਿਉਂਕਿ ਰਲ ਮਿਲ ਕੇ ਵਿਧਾਨ ਸਭਾ 'ਚ ਇਹ ਸਾਰੀ ਖੇਡ ਕਾਂਗਰਸ ਨਾਲ ਚੱਲ ਰਹੀ ਸੀ, ਅਸੀਂ ਪੰਜਾਬ ਦੀ ਵਿਧਾਨ ਸਭਾ 'ਚ ਵੀ ਸਪੀਕਰ ਸਾਹਿਬ ਨੂੰ ਸਿੰਪਲ ਸਿੱਧਾ ਸਵਾਲ ਪੁੱਛਿਆ, ਸਪੀਕਰ ਸਾਹਿਬ ਵਿਧਾਨ ਸਭਾ ਐਂਡ ਪਾਰਲੀਮੈਂਟ ਰਨ ਇਨ ਅਕੋਰਡੈਂਸ ਟੂ ਦਾ ਕੋਨਸਟੀਟਿਊਸ਼ਨ, ਅਤੇ ਸੰਵਿਧਾਨ ਬੜਾ ਕਲੀਅਰ ਹੈ ਕਿ ਜਿਹੜੇ ਇਹ ਵਿਧਾਨ ਸਭਾ ਦੇ ਅੰਦਰ ਬੈਠੇ ਕੋਈ ਅਸਤੀਫਾ ਦੇ ਦਿੰਦਾ ਬਾਹਰ ਚਲੇ ਜਾਂਦਾ, ਪ੍ਰੈਸ ਨੂੰ ਕਹਿੰਦਾ ਮੇਰਾ ਅਸਤੀਫਾ, ਅੰਦਰ ਆ ਕੇ ਕਦੇ ਕਾਲ ਅਟੈਂਸ਼ਨ ਪੁੱਛਦਾ, ਕਦੇ ਸਵਾਲ ਪੁੱਛਦਾ, ਬਾਹਰ ਜਾ ਕੇ ਫਿਰ ਕਹਿੰਦਾ ਮੇਰਾ ਅਸਤੀਫਾ। ਮੈਂ ਕਿਹਾ ਕਲੈਰਿਟੀ ਲਿਆਓ, ਕੌਣ ਹਾਊਸ ਦਾ ਮੈਂਬਰ ਹੈ ਅਤੇ ਕੌਣ ਮੈਂਬਰ ਨਹੀਂ ਹੈ। ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਰਾਣਾ KP ਕੁਝ ਮਜਬੂਰ ਜਾਪ ਰਹੇ ਨੇ। ਉਹਨਾਂ ਕਿਹਾ ਕਿ ਰਾਣਾ KP ਖੁਦ ਫੈਸਲੇ ਨਹੀਂ ਲੈ ਰਹੇ ਬਲਕਿ ਉਹ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਕੰਮ ਕਰ ਰਹੇ ਨੇ। ਨੂੰ ਕਲੈਰਿਟੀ ਨਹੀਂ ਲਿਆਈ, ਔਰ ਮੈਂ ਸਮਝਦਾ ਉਹਦੀ ਮਜਬੂਰੀ ਸੀ ਕਿਉਂਕਿ ਕਾਂਗਰਸ ਪਾਰਟੀ, ਕੈਪਟਨ ਅਮਰਿੰਦਰ ਸਿੰਘ, ਸੁਨੀਲ ਕੁਮਾਰ ਜਾਖੜ ਸਾਹਿਬ ਵੱਲੋਂ ਕੋਈ ਇਸ਼ਾਰਾ ਨਹੀਂ ਸੀ। ਜਦ ਅਸੀਂ ਸਪੈਸੀਫਿਕ ਸਵਾਲ ਸੁਖਪਾਲ ਸਿੰਘ ਖਹਿਰੇ ਬਾਰੇ ਪੁੱਛਿਆ ਤਾਂ ਸਪੀਕਰ ਸਾਹਿਬ ਨੇ ਕਿਹਾ ਉਹ ਮੇਰਾ ਨੋਟਿਸ ਹੀ ਨਹੀਂ ਲੈਂਦਾ, ਔਰ ਜਦ ਅਸੀਂ ਸਪੈਸੀਫਿਕ ਸਵਾਲ ਫੂਲਕਾ ਜੀ ਬਾਰੇ ਪੁੱਛਿਆ ਤਾਂ ਕਹਿੰਦੇ ਜੀ ਉਹਨਾਂ ਦਾ ਰੈਜਿਗਨੇਸ਼ਨ ਇਜ਼ ਨੋਟ ਇਨ ਆਰਡਰ, ਔਰ ਇਹੀ ਜਵਾਬ ਉਹਨਾਂ ਨੇ ਮਾਸਟਰ ਬਲਦੇਵ ਜਿਹੜੇ MLA ਨੇ ਜੈਤੋ ਤੋਂ ਉਹਨਾਂ ਬਾਰੇ ਕਿਹਾ, ਔਰ ਇਹੀ ਜਵਾਬ ਉਹਨਾਂ ਨੇ ਆਪਣਾ ਖਹਿਰੇ ਸਾਹਿਬ ਬਾਰੇ ਤਾਂ ਕਿਹਾ ਮੇਰਾ ਨੋਟਿਸ ਨਹੀਂ ਲੈਂਦੇ, ਦੂਜਿਆਂ ਦਾ ਕਹਿ ਦੇ ਆ ਨੋਟ ਇਨ ਆਰਡਰ। ਅਸੀਂ ਸਪੀਕਰ ਸਾਹਿਬ ਨੂੰ ਇਹ ਗੱਲ ਪੁੱਛੀ, ਇੱਕ ਵਕੀਲ ਹੈ ਫੁਲਕਾ ਸਾਹਿਬ ਬੜੇ ਸੁਪਰੀਮ ਕੋਰਟ ਦੇ ਵਕੀਲ ਹੈ, ਜੇ ਇਹਨਾਂ ਦਾ ਅਸਤੀਫਾ ਇਨ ਆਰਡਰ ਨਹੀਂ ਤਾਂ ਕੀ ਫਿਰ ਇਹ ਕੋਈ ਰਲ ਮਿਲ ਕੇ ਖੇਡ ਚੱਲ ਰਹੀ ਹੈ ਕਿ ਮਿਲੀ ਭੁਗਤ ਚੱਲ ਰਹੀ ਹੈ ਕਾਂਗਰਸ ਨਾਲ, ਕੀ ਚੱਕਰ ਹੈ? ਔਰ ਮਾਸਟਰ ਬਲਦੇਵ ਜੀ ਮਾਸਟਰ ਨੇ, ਅਨਪੜ੍ਹ ਨਹੀਂ ਹੈ, ਉਹਨਾਂ ਨੂੰ ਵੀ ਅਸਤੀਫਾ ਦੇਣਾ ਨਹੀਂ ਆਇਆ। ਮਗਰ ਇਹ ਸਾਰੀ ਗੱਲਾਂ ਦਾ ਕੋਈ ਕਲੈਰਿਟੀ ਨਹੀਂ ਆ ਰਹੀ ਸੀ, ਔਰ ਅੱਜ ਪਾਰਲੀਮੈਂਟ ਦੀ ਚੋਣ ਆਉਣ 'ਤੇ ਇਹਨਾਂ ਗੱਲਾਂ ਦੀ ਕਲੈਰਿਟੀ ਆਉਣੀ ਸ਼ੁਰੂ ਹੋ ਗਈ ਹੈ। ਇਫ ਨਾਜਰ ਸਿੰਘ ਮਾਨਸਾਹੀਆ ਜਿਹੜੀ ਸੁਖਪਾਲ ਸਿੰਘ ਖਹਿਰਾ ਦੇ ਮੋਸਟ ਟਰਸਟਡ ਲੁਟੈਨੈਂਟ ਸਨ, ਰਾਈਟ ਹੈਂਡ ਮੈਨ ਸਨ, ਉਹ ਕਾਂਗਰਸ 'ਚ ਐਵੇਂ ਨਹੀਂ ਚਲੇ ਗਏ, ਉਹਨਾਂ ਨੂੰ ਕਾਂਗਰਸ 'ਚ ਭੇਜਿਆ ਗਿਆ ਹੈ ਬਸ ਸੁਖਪਾਲ ਖਹਿਰਾ, ਕਿਉਂਕਿ ਸੁਖਪਾਲ ਖਹਿਰੇ ਦੀ ਬਠਿੰਡੇ ਦੀ ਚੋਣ ਮੁਹਿੰਮ 'ਚ ਕਮਾਲੂ ਜੀ ਦਾ ਅਤੇ ਨਿਰਮਲ ਸਿੰਘ ਮਾਨਸਾਹੀਆ ਦਾ
ਲੈਫਟ ਐਂਡ ਰਾਈਟ ਲੁਟੈਨੈਂਟ ਮੇਨਟ ਉਹਨਾਂ ਦੇ ਲੁਟੈਨੈਂਟ ਮੰਨੇ ਜਾ ਰਹੇ ਆ, ਬਾਕੀ ਤਾਂ ਐੱਮ ਐੱਲ ਏ ਉਹਨਾਂ ਦੇ ਨਾਲ ਨਹੀਂ। ਔਰ ਜਿਹੜਾ ਏਡਾ ਟਰੱਸਟਿਡ ਏਡ ਗਿਆ ਹੈ, ਮੇਰਾ ਪਹਿਲਾ ਸਵਾਲ ਸੁਖਪਾਲ ਸਿੰਘ ਖਹਿਰਾ ਜੀ ਨੂੰ ਇਹ ਹੈ ਕਿ ਜਨਤਕ ਕਰੋ, ਲੋਕਾਂ ਨੂੰ ਦੱਸੋ ਕਿ ਤੁਹਾਡਾ ਕੀ ਗਿਵ ਐਂਡ ਟੇਕ ਹੋਇਆ, ਸੌਦਾ ਕਿੰਨੇ 'ਤੇ ਨਿਬੜਿਆ, ਸੌਦੇ 'ਚ ਕੀ ਫੈਸਲੇ ਹੋਏ ਆ, ਅਤੇ ਉਹਦੇ ਬਦਲੇ ਤੁਹਾਨੂੰ ਉਸ ਸੌਦੇ ਕਰਾਉਣ 'ਚ, ਜਿਵੇਂ ਲਫ਼ਜ਼ ਤਾਂ ਮਾੜਾ ਮਗਰ ਇਹ ਆਮ ਤੌਰ 'ਤੇ ਵਰਤਿਆ ਜਾਂਦਾ, ਜਦ ਕੋਈ ਗੱਡੀ ਵੇਚੋ ਜਾਂ ਲਓ ਜਾਂ ਪ੍ਰੋਪਰਟੀ ਲਓ ਵੇਚੋ, ਕਿ ਉਹ ਦਲਾਲੀ ਦੇ ਰੂਪ 'ਚ ਤੁਹਾਡਾ ਕੀ ਇਹਦੇ 'ਚ ਤੁਹਾਨੂੰ ਕੀ ਫਾਇਦਾ ਪਹੁੰਚ ਰਿਹਾ ਉਹ ਦੱਸੋ। ਮਗਰ ਮੈਂ 2 ਦਿਨ ਤੋਂ ਸਵਾਲ ਪੁੱਛ ਰਿਹਾ, ਜਵਾਬ ਕੋਈ ਨਹੀਂ ਆ ਰਿਹਾ। ਔਰ ਅੱਜ ਮੈਂ ਤੁਹਾਨੂੰ ਦੱਸ ਦਿਆਂ, ਸੁਖਪਾਲ ਸਿੰਘ ਖਹਿਰਾ ਬਠਿੰਡੇ ਤੋਂ ਭੱਜਣ ਦੀ ਤਿਆਰੀ ਕਰ ਚੁੱਕੀ ਹੈ, ਔਰ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨਾਲ ਸੌਦਾ ਸਿਰੇ ਚਾੜ ਲਿਆ। ਇਸ ਤੋਂ ਬਾਅਦ ਵਿਕਰਮ ਮਜੀਠੀਆ ਵੱਲੋਂ ਸੁਖਪਾਲ ਖਹਿਰਾ ਵੱਲੋਂ ਦਿੱਤੇ ਗਏ ਅਸਤੀਫੇ ਦਾ ਮਜ਼ਾਕ ਵੀ ਉਡਾ ਗਿਆ। ਵਿਕਰਮ ਮਜੀਠੀਆ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਅਸਤੀਫਾ ਦਿੱਤਾ ਜਾਂ ਫਿਰ ਪੂਰੀ ਦੀ ਪੂਰੀ ਕਿਤਾਬ ਹੀ ਲਿਖ ਦਿੱਤੀ ਹੈ, ਕਿਉਂਕਿ ਉਹਦੇ ਕਾਗਜ਼ ਡਿਸਕੁਆਲੀਫਾਈ ਹੋ ਜਾਣਗੇ। ਔਰ ਖਹਿਰਾ ਸਾਹਿਬ ਨੂੰ ਇਹ ਪਤਾ ਸੀ ਕਿ ਮੇਰੇ ਕਾਗਜ਼ ਡਿਸਕੁਆਲੀਫਾਈ ਹੋਣਗੇ ਜੋ ਮੈਂ ਕਰ ਰਿਹਾ, ਮਗਰ ਫਿਰ ਵੀ ਲੋਕਾਂ ਨੂੰ ਗੁੰਮਰਾਹ ਕਰਕੇ ਕਰਦੇ ਰਹੇ। ਔਰ ਸਿਰਫ ਅਤੇ ਸਿਰਫ ਕਾਂਗਰਸ ਦੇ ਇਸ਼ਾਰੇ 'ਤੇ, ਜੋ ਮੈਂ ਬੜੇ ਚਿਰ ਤੋਂ ਗੱਲ ਕਹਿ ਰਿਹਾ ਸੀ ਆਪਦੇ ਭਾਈਏ ਦੇ ਕਰਕੇ, ਆਪਦੇ ਪਰਿਵਾਰ ਦੇ ਇਸ਼ਾਰੇ 'ਤੇ ਜੋ ਇਹ ਚੱਲ ਰਹੇ ਸਨ ਰਣਜੀਤ ਸਿੰਘ ਹੋਰਾਂ ਦੇ, ਉਹ ਅੱਜ ਸਾਰਾ ਪਰਦਾ ਫਾਸ਼ ਹੁੰਦਾ ਜਾ ਰਿਹਾ। ਹੁਣ ਇਹ ਅਸਤੀਫਾ ਦਿੱਤਾ ਜੀ, ਇਹ ਹੈ ਨਿਰਮਲ ਸਿੰਘ ਮਾਨਸ਼ਾਹੀਆ ਦਾ ਅਸਤੀਫਾ, ਪਲੇਨ ਸਿੰਪਲ ਐਂਡ ਅਕੋਰਡਿੰਗ ਟੂ ਨੋਮਸ। ਇਹ ਨੋਮਸ ਨੇ ਕਿ ਤੁਸੀਂ ਸਿੰਪਲ ਲਿਖੋਗੇ ਅਸਤੀਫਾ, ਮੈਂ ਨਾਜਰ ਸਿੰਘ ਮਾਨਸਾਹੀਆ ਵਿਧਾਇਕ ਹਲਕਾ ਮਾਨਸਾ 096 ਪੰਜਾਬ ਵਿਧਾਨ ਸਭਾ ਮੈਂਬਰੀ, ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦਿੰਦਾ ਹਾਂ, ਦੈਟਸ ਇਟ। ਫੂਲਕਾ ਸਾਹਿਬ ਨੇ ਵੀ ਬੜੀ ਕਹਾਣੀ ਲਿਖਤੀ ਸੀ, ਔਰ ਸਪੀਕਰ ਸਾਹਿਬ ਨੇ ਕਹਿ ਦਿੱਤਾ ਦਿਸ ਇਜ਼ ਨੋਟ ਇਨ ਆਰਡਰ, ਇਹ ਕਾਇਦੇ ਕਾਨੂੰਨ ਤੋਂ ਪਰਾਂ ਹੈ। ਔਰ ਆਹ ਅਸਤੀਫਾ ਹੈ ਆ ਖਹਿਰਾ ਸਾਹਿਬ ਦਾ, ਮੈਨੂੰ ਲੱਗਦਾ ਕਿਤਾਬ ਛਾਪਣੀ ਸੀ ਕਿ ਪਤਾ ਨਹੀਂ ਅਸਤੀਫਾ ਦੇਣਾ ਸੀ। ਆਪਦੀ ਆਟੋਬਾਇਓਗ੍ਰਾਫੀ ਤਾਂ ਨਹੀਂ ਕਿੱਥੇ ਲਿਖਤੀ ਸਾਰੀ ਇਹ 'ਤੇ ਕਿ ਜੰਮੇ ਕਦੋਂ, ਕਿਹੜੇ ਹਾਲਾਤਾਂ 'ਚ, ਬਾਂਹ ਦੁਖਦੀ ਸੀ ਨਹੀਂ ਦੁਖਦੀ ਸੀ, ਅੱਖ 'ਚ ਕਿੱਥੇ ਦਰਦ ਸੀ, ਢਿੱਡ ਕਦੋਂ ਪੀੜ ਹੋਇਆ, ਸਾਰਾ ਕੁਛ ਹੀ ਲਿਖਤੀ ਇਹ 'ਚ ਕਹਾਣੀ। ਪਤਾ ਕਿ ਅਸਤੀਫਾ ਤਾਂ ਪ੍ਰਵਾਨ ਹੋਣਾ ਹੀ ਨਹੀਂ, ਅਤੇ ਜੇ ਅਸਤੀਫਾ ਪ੍ਰਵਾਨ ਹੋਣਾ ਨਹੀਂ ਤਾਂ ਕਾਗਜ਼ ਹੋਣੇ ਰਿਜੈਕਟ, ਕਿਉਂਕਿ ਉੱਥੇ ਝਾੜੂ ਦਾ ਸਿੰਬਲ ਹੈ, ਉਹ ਪ੍ਰਾਈਮਰੀ ਮੈਂਬਰ ਝਾੜੂ ਦੇ ਨੇ, ਇੱਥੇ ਨਵੇਂ ਸਿੰਬਲ 'ਤੇ ਨੇ। ਪਤਾ ਹੁੰਦਿਆਂ ਹੋਇਆ, ਸਭ ਕੁਛ ਪਤਾ ਹੁੰਦਿਆਂ ਹੋਇਆ, ਅੱਜ ਬਠਿੰਡੇ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ 'ਤੇ ਮੂਰਖ ਬਣਾਉਣ ਵਾਲੇ ਕੋਸ਼ਿਸ਼ ਕਰ ਰਹੇ ਆ, ਭਲੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾਉਣ ਦੀ, ਅੱਜ ਉਹਨਾਂ ਦਾ ਵੀ ਸੱਚ ਤੁਹਾਡੇ ਸਾਰਿਆਂ ਦੇ ਸਾਹਮਣੇ ਬੇਨਕਾਬ ਹੋ ਰਿਹਾ। ਇਹ ਅਸਤੀਫਾ ਮੈਂ ਤੁਹਾਨੂੰ ਦੱਸ ਦਿੰਦਾ, ਇਹ ਟੋਟਲੀ ਅਗੇਂਸਟ ਨੋਮਸ ਹੈ। ਇਹੀ ਚੀਜ਼ਾਂ ਫੂਲਕਾ ਸਾਹਿਬ ਬਾਰੇ ਆਖੀਆਂ ਗਈਆਂ ਸੀ, ਅਤੇ ਫਿਰ ਇਹ ਤਾਂ ਪ੍ਰਵਾਨ ਨਹੀਂ ਹੋਣਾ, ਫਿਰ ਕਾਗਜ਼ ਤਾਂ ਰਿਜੈਕਟ ਹੋ ਜਾਣੇ। ਔਰ ਇਹੀ ਕੁਛ ਮਾਸਟਰ ਬਲਦੇਵ ਜੀ ਜੋ ਫਰੀਦਕੋਟ ਹਲਕੇ ਤੋਂ ਚੋਣ ਲੜ ਰਹੇ ਆ, ਇਹੀ ਹਾਲਾਤ ਪੈਦਾ ਹੋਣੇ। ਅਤੇ ਤੁਸੀਂ ਇੰਨਾ, ਮੈਂ ਜੋ ਪਹਿਲੇ ਦਿਨ ਤੋਂ ਕਹਿ ਰਿਹਾ ਸੀਗਾ ਕਿ ਇਹ ਜਿਹੜੇ ਰਲ ਮਿਲ ਕੇ ਖੇਡ ਰਹੇ ਆ, ਸਿਰਫ ਅਤੇ ਸਿਰਫ ਇਸ ਲਈ ਖੇਡ ਰਹੇ ਆ ਕਿ ਆਪੋਜੀਸ਼ਨ ਲੋਕ ਕਾਂਗਰਸ ਦੀ ਕਾਰਗੁਜ਼ਾਰੀ ਤੋਂ ਦੁਖੀ ਨੇ, ਲੋਕਾਂ ਨੇ ਕਾਂਗਰਸ ਦੇ ਉਲਟ ਵੋਟਾਂ ਦੇਣੀਆਂ ਨੇ, ਮਗਰ ਇਹ ਕੁਛ ਲੋਕ ਭੰਬਲ ਭੂਸਾ ਪਾਉਣਾ ਚਾਹੁੰਦੇ ਸਨ ਕਿ ਵੋਟ ਡਿਵਾਈਡ ਹੋ ਜਾਏ, ਵੋਟ ਡਿਵਾਈਡ ਡਿਵੀਜ਼ਨ ਦਾ ਫਾਇਦਾ ਕਾਂਗਰਸ ਨੂੰ ਪਹੁੰਚ ਜਾਏ, ਇਸ ਲਈ ਕਾਂਗਰਸ ਦੀ ਮਦਦ ਕਿਵੇਂ ਹੋ ਸਕਦੀ ਸੀ, ਉਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਆ ਰਹੀ ਹੈ। ਇਸ ਲਈ ਮੈਂ ਸਭ ਤੋਂ ਪਹਿਲਾਂ ਤਾਂ ਖਹਿਰਾ ਸਾਹਿਬ ਨੂੰ ਕਹਿਣਾ, ਇਫ ਹੀ ਸੀਰੀਅਸ ਅਬਾਊਟ ਕੰਟੈਸਟਿੰਗ, ਤਾਂ ਆਪਣਾ ਆਈ ਚੈਲੰਜ ਹਿਮ ਟੂ ਪੁੱਟ ਫੋਰਥ ਦ ਟਰੂ ਪਿਕਚਰ, ਔਰ ਦੱਸਣ ਕਿ ਕਦੋਂ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਹੋਈ, ਕੀ ਲੈਣ ਦੇਣ ਹੋਇਆ, ਨਾਜਰ ਸਿੰਘ ਮਾਨਸ਼ਾਹੀਆ ਸਾਹਿਬ ਨੂੰ ਦੇ ਭੇਜਣ ਵੇਲੇ ਕੀ ਫੈਸਲਾ ਹੋਇਆ। ਔਰ ਇਹ ਪਹਿਲੇ ਦਿਨ ਤੋਂ ਮੇਰੇ ਕੋਲ ਕਈ ਬੰਦੇ ਮੈਨੂੰ ਵੀ ਮਿਲੇ, ਉਹ ਕਹਿੰਦੇ ਜੀ ਖਹਿਰਾ ਆਪਦਾ ਗਰੁੱਪ ਬਣਾ ਕੇ ਸਾਰੀ ਕਾਂਗਰਸ 'ਚ ਚਾੜਨਾ ਚਾਹੁੰਦਾ ਸੀ। ਯਾਦ ਕਰੋ ਉਹ ਦਿਨ ਜਦੋਂ ਇਹ ਕੇਜਰੀਵਾਲ ਨਾਲ ਪੰਗਾ ਪਿਆ, ਐਂਡ ਉਦੋਂ ਕਿਉਂਕਿ ਸਾਰੇ MLA ਇਕੱਠੇ ਨਹੀਂ ਹੋਏ, ਔਰ ਇਹਨਾਂ ਦੀ 3/4 ਜਿਹੜੀ 2/3
ਜਿਹੜੀ ਇਹਨਾਂ ਨੂੰ ਚਾਹੀਦੀ ਸੀ ਮਜੋਰਿਟੀ ਉਹ ਨਹੀਂ ਸੀ ਅਤੇ ਉਹ ਨਾਲ ਦੀ ਨਾਲ ਆਪਦਾ ਪੈਤੜਾ ਬਦਲ ਗਏ ਔਰ ਇਹਨਾਂ ਨੇ ਸੋਚਿਆ ਵੀ ਵਿਲ ਵੇਟ ਫੋਰ ਅਨਦਰ ਡੇ ਅਸੀਂ ਹੋਰ ਦਿਨ ਦੀ ਤਲਾਸ਼ 'ਚ ਰਵਾਂਗੇ ਮਗਰ ਉਹ ਗਿਣਤੀ ਘੱਟਦੀ ਗਈ ਲੋਕ ਇਸ ਗੇਮ ਪਲੈਨ ਤੋਂ ਜਾਗਰੂਕ ਹੁੰਦੇ ਗਏ ਔਰ ਉਹੀ ਅਸਲੀਅਤ ਅੱਜ ਤੁਹਾਡੇ ਸਾਹਮਣੇ ਆ ਰਹੀ ਸੋ ਸੁਖਪਾਲ ਖਹਿਰਾ ਵੱਲੋਂ ਬਿਕਰਮ ਮਜੀਠੀਆ ਦੇ ਇਹਨਾਂ ਨਿਸ਼ਾਨਿਆਂ ਦਾ ਜਵਾਬ ਵੀ ਜ਼ਰੂਰ ਦਿੱਤਾ ਜਾਵੇਗਾ ਜਿਸ ਦੀ ਉਡੀਕ ਸ਼ਾਇਦ ਬਿਕਰਮ ਮਜੀਠੀਆ ਨੂੰ ਵੀ ਹੋਵੇਗੀ ਬਠਿੰਡਾ ਤੋਂ ਪਰਵਿੰਦਰਜੀਤ ਸਿੰਘ ਪੰਜਾਬੀ ਲੋਕ ਚੈਨਲ